ਇਸ ਸਾਥ ਸ਼੍ਰੀ ਅਕਾਲ ਦੋਸਤੋ ਪੰਜਾਬ نیوز ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਪੰਜਾਬ ਚ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਨਵਜੋਸ਼ ਸਿੱਧੂ ਲਈ ਵੱਡੀ ਮੁਸੀਬਤ ਤਾਜ਼ਾ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਆਤਵਾ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਸ਼ ਸਿੱਧੂ ਦੀ ਪੈਨ ਸੁਮੰਗ ਤੁਰ ਦੇ ਵੱਲੋਂ ਲਾਏ ਗਏ ਦੋਸ਼ਾਂ ਨਾਲ ਨਵਜੋਸ਼ ਸਿੱਧੂ ਮੁਸੀਬਤ ਚ ਘਿਰ ਸਕਦੇ ਸੁਮਨ ਤੂਰ ਨੇ ਜਾਇਜ਼ਾਦ ਵਿਵਾਦ ਚ ਆਪਨੇ ਪ੍ਰਾਣ ਜੋ ਸਿੱਧੂ ਖਲਾਕ ਕੌਮੀ ਮਹਿਲਾ ਕਮਿਸ਼ਨ ਨੂੰ ਸ਼ਿਕਾਇਤ ਕਰ ਦਿੱਤੀ ਸੀ ਇਸ ਤੋਂ ਬਾਅਦ ਕਮਿਸ਼ਨ ਵੱਲੋਂ ਲੁਧਿਆਣਾ ਦੀ ਡਿਪਟੀ ਕਮਿਸ਼ਨ ਆਫ ਪੁਲਿਸ ਨੂੰ 15 ਦਿਨ ਚ ਕਾਰਵਾਈ ਕਰਨ ਦੇ ਹੁਕਮ ਦਿੱਤੇ ਸਨ ਸੁਧੂ ਦੀ ਭੈਣ ਪੂਰ ਵਿਦੇਸ਼ ਚ ਰਹਿੰਦੀ ਹੈ ਉਹਨਾਂ ਨੇ ਸ਼ਿਕਾਇਤ ਲੁਧਿਆਣਾ ਦੇ ਪੱਖੋਂ ਵਾਰ ਰੋਡ ਦਾ ਪਤਾ ਕੀਤਾ ਹੈ ਇਸ ਕਾਰਨ ਨੇ ਤੋਂ ਡੀਐਸਪੀ ਦੀ ਜਾਂਚ ਲਈ ਲਿਖਿਆ ਗਿਆ ਹੈ ਇਸ ਤੋਂ ਪਹਿਲਾਂ ਵੀ ਸੁਮਨ ਤੋਂ ਚੰਡੀਗੜ੍ਹ ਚ ਪ੍ਰੈਸ ਕਾਨਫਰੰਸ ਆ ਕਾਰਕੇ ਦੋਸ਼ ਲਗਾ ਚੁੱਕਿਆ ਹੈ ਕਿ ਨਵਜੋਤ ਸਿੱਧੂ ਨੇ ਉਹਨਾਂ ਨੂੰ ਘਰੋਂ ਕੱਢ ਦਿੱਤਾ। ਇਸ ਤੋਂ ਬਾਅਦ ਹੁਣ ਜਦੋਂ ਚੋਣਾ ਵੋਟਾਂ ਦੀ ਗਿਣਤੀ ਕੁਝ ਹੀ ਦਿਨ ਹੋਣ ਵਾਲੀ ਹੈ ਤੇ ਇਹ ਸ਼ਿਕਾਇਤ ਅਤੇ ਜਾਂਚ ਨਾਲ ਨਵਜੋਤ ਸਿੱਧੂ ਦੀਆਂ ਮੁਸ਼ਕਲਾਂ ਆ ਸਕਦੀਆਂ ਨੇ। ਜੀ ਹਾਂ ਨਵਜੋਤ ਸਿੱਧੂ ਦੇ ਲਈ ਬਹੁਤ ਮਾੜੀ ਖਬਰ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਸੁਮਨ ਤੋਂ ਉਹਨਾਂ ਦੀ ਭੈਣ ਹੈ? ਜਾਂ ਫਿਰ ਭੈਣ ਬਣਨ ਦਾ ਦਿਖਾਵਾ ਕਰ ਰਹੀ ਹੈ? ਕਮੈਂਟ ਸੈਕਸ਼ਨ ਵਿੱਚ ਦੱਸਣਾ ਤੇ ਖਬਰ ਲਾ ਸਕਦੇ ਹਾਂ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।